ਯੋ ਆਕਾਸ਼ ਵਾਨੀ ਜਮੂ ਹੈ ਸਰਵਰ ਚੌਧਰੀ ਤੇ ਹੈ ਖਬਰ ਸੁਨੋ ਪਹਿਲੇ ਖਾਸ ਖਾਸ ਖਬਰ ਵਰ ਇੱਕ ਨਜ਼ਰ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਕਿਹਾ ਹੈ ਜੀ ਭਾਰਤ ਇੱਕ ਤਾਕਤਵਰ ਤਵਨਾਈ ਗੇ ਤੌਰ ਵਰ ਉਭਰੀ ਵੇ ਭਾਰਤ ਹਯਾਤੀਆਤੀ ਤਨਵਾ ਤਹਫਜ਼ ਬਹਲੀ ਔਰ ਬਿਹਤਰੀਕਾ ਸਿਲਸਿਲਾ ਮ ਅਗੇ ਅਗੇ ਚੱਲੇ ਮਨੀਪੁਰ ਤਸ਼ਦਦ ਮਸਲਾ ਪਰ ਪਾਰਲੀਮੈਂਟ ਮ ਡੰਡਰੋਲੋ ਜਾਰੀ ਰਿਓ ਤੇ ਹਿਸਬ-ਏ-ਇਖਤਲਾਫ ਕਾ ਇhtijaaj ਕੀ ਵਜਹ ਨਾਲ ਪਾਰਲੀਮੈਂਟ ਕਾ ਦੂਆ ਐਵਾਨਾ ਕੀ ਕਾਰਵਾਈ ਦਿਨ ਪਰ ਵਸਤੇ ਮਲਤਵੀ ਕਰ ਦਿੱਤੀ ਗਈ ਜ਼ਿਲ੍ਹਾ ਰਜੋਰੀ ਕੇ ਕਬਜ਼ਾ ਲਕੀਰ ਕੇ ਨੇੜੇ ਨਸ਼ੀਲੀ ਚੀਜ਼ਾਂ ਜ਼ਬਤ ਕੀ ਗਈਏ ਤੇ ਜੰਮੂ ਡਿਵੀਜ਼ਨ ਬਰਮਾ ਬਾਰਿਸ਼ ਹੋਈ ਅਗਲਾ 24 ਘੰਟਾ ਕੇ ਦੌਰਾਨ ਜੰਮੂ ਡਿਵੀਜ਼ਨ ਮਾ ਹਲਕੀ ਤੇ ਦਰਮਿਆਨਾ ਦਰਜਾ ਦੀ ਬਾਰਿਸ਼ ਤੇ ਗਰਜ ਚਮਕ ਹੋਣ ਕੋ ਅਮਕਾਨ ਹੈ ਨਾਲੇ ਕਈ ਜਗ੍ਹਾ ਪਾਰੀ ਬਾਰਿਸ਼ ਵੀ ਹੋ ਸਕੈ ਖਬਰਾਂ ਦੀ ਤਫਸੀਲ ਨਾਲ ਪਹਿਲੇ ਅਮੀਨ ਅੰਜਮ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਕਿਹਾ ਜੀ ਭਾਰਤ ਇੱਕ ਤਾਕਤਵਰ ਤਵਾਨਾਏ ਗੇ ਤੌਰ ਉਭਰੇ ਵੇ ਅੱਜ ਗਾਂਧੀ ਨਗਰ ਗੁਜਰਾਤ ਮੇ ਇੱਕ ਕਣਕਲੇਬ ਗੋਸ਼ਟਾ ਕਰਤਾ ਵਾ ਉਹਨਾਂ ਨੇ ਕਿਹਾ ਜੀ ਭਾਰਤ ਮਾਂ ਵਰਕਿਆਤੀ ਸੰਨਤ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਵਜ਼ੀਰ ਆਜ਼ਮ ਨੇ ਕਿਹਾ ਜੀ ਚੌਥਾ ਸੰਵਤੀ ਇਨਕਲਾਬ ਦੇ بنیاد ਭਾਰਤ ਕੀ ਖੁਸ਼ੀਸ਼ਾਤ ਕੇ ਨਾਲ ਤਾਲੁਕ ਰਖੇ ਵਜ਼ੀਰੀਆਦਮ ਨੇਂਦਰ ਮੋਦੀ ਨੇ ਕਿਹਾ ਜੇ ਭਾਰਤ ਹਿਆਤੀਆਤੀ ਤਨਵਾ ਤਹਾਫਤ ਬਹਾਲੀ ਔਰ ਬਿਹਤਰੀ ਕਾ ਸਿਲਸਿਲੇ ਮਾ ਕਾਰਵਾਈ ਕਰਨ ਵਾਸਤੇ ਅਗੇ ਅਗੇ ਰਿਓ ਹੈ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜੀ 20 ماحوليات تے اب ہوا کی پایداری کا ذمہن ماں وزیر اعظم نے خطاب کرتا ماں پھر کہو جے موسمیاتی تبدیلی کا مسائل کو مقابلہ کرنے کی خاطر ملک کو اٹل عزم ہے وزیر اعظم نے کہو جے قابل تجدید توانائی صلاحیت نصب کرنے کا سلسلہ ماں بھارت دنیا کا سرہ کا پنج ملکاں وچوں ایک ہے وزیر اعظم نرندرا مودی نے سماج کا آخری شخص کی ترقی یقینی بنانے پر زور پائیو ਪਾਰਲੀਮੈਂਟ ਦਾ ਦੋਨਾ ਐਵਾਨਾ ਮਾ ਮਣੀਪੁਰ ਤਸ਼ੱਦਦ ਦਾ ਮਾਮਲਾ ਵਰ ਕਾਰਵਾਈ ਮਾ ਖਲਲ ਬਰਕਰਾਰ ਰਿਓ ਹਿਜ਼ਬ ਇਖਤਲਾਫ ਦਾ ਸ਼ੋਰ ਸ਼ਰਾਬਾ ਗਏ ਮਦੇ ਨਜ਼ਰ ਪਾਰਲੀਮੈਂਟ ਦਾ ਦੋਵਾ ਐਵਾਨਾ ਦੀ ਕਾਰਵਾਈ ਪੂਰੀ ਧਿਆੜੀ ਵਾਸਤੇ ਮਲਤਵੀ ਕਰਨੀ ਪਈ ਰਾਜ ਸਭਾ ਮਾ ਤ੍ਰਿਨੂਮਲ ਕਾਂਗਰਸ ਕਾਂਗਰਸ ਤੇ ਦੂਜੀ ਜਮਾਤਾਂ ਦੀ ਤਰਫੋਂ ਮਣੀਪੁਰ ਤਸ਼ੱਦਦ ਦਾ ਮਾਮਲਾ ਵਰ ਜ਼ਾਬਤਾ 267 ਦੇ ਤਹਿਤ ਤਮਾਮ ਕਾਰਵਾਈਆਂ ਨਾ ਮੁਤਲ ਕਰ ਗਏ ਫੌਰੀ ਤੌਰ ਵਰ ਇਸ ਮਸਲਾ ਵਰ ਬਹਿਸ ਕੋ ਮੁਤਾਲਬੋ ਕੀ ਹੋ ਗਿਓ ਇਸ ਸਿਸਰਮਾ ਸ਼ੋਰ ਸ਼ਰਾਬਾ ਗਏ ਪੇਸ਼ੇ ਨਜ਼ਰ ਈਵਾਨ ਦੀ ਕਾਰਵਾਈ ਸੋਮਵਾਰ ਸਵੇਰ 11 ਵਜੇ ਤੋੜੀ ਮਲਤਵੀ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਲੋਕ ਸਭਾ માં ਵੀ ਹزب ਇਖਤਲਾਬ ਕਾ ਮੈਂਬਰਾਂ ਨੇ ਮਨੀਪੁਰ ਮਾਮਲੇ ਉਰ ਵਜ਼ੀਰੀਆਤਮਾ ਨਰਿੰਦਰ ਮੋਦੀ ਕਾ ਬਿਆਨ ਕੋ ਮਤਾਲਬੋ ਕਰਤਾ ਵਾ ਨਾਰਾਬਾਜ਼ੀ ਕੀ ਔਰ ਵੇ ਸਪੀਕਰ ਕੇ ਸਾਹਮਣੇ ਵੈਲ ਤੋੜੀ ਆ ਗਿਆ ਜਿਸ ਕੇ ਪੇਸ਼ੇ ਨਜ਼ਰ ਲੋਕ ਸਭਾ ਕੀ ਕਾਰਵਾਈ ਵੀ ਸੋਮਵਾਰ ਸਵੇਰ 11 ਵਜੇ ਤੋੜੀ ਮੁਤਲ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਅੱਜ ਸਵੇਰੇ ਕਾਂਗਰਸ ਲੀਡਰ ਅਧਿਰੰਜਨ ਚੋਧਰੀ ਨੇ ਸਪੀਕਰ ਮੋਸੂਬ ਤੇ ਅਪੀਲ ਕੀਤੀ ਜੇ ਉਨ੍ਹਾਂ ਦੀ ਪਾਰਟੀ ਦੇ ਤਰਫੋਂ ਆਨੇ ਆ ਗਿਆ ਆਦਮ ਇਤਮਾਦ ਵਰ ਫੈਸਲੋ ਸੁਣਾਵੇ ਜਿਸ ਵਰ ਪਲਟਵਾਰ ਕਰਤਾ ਪਾਰਲੀਮਾਨੀ ਅਮੂਰਗਾ ਵਜ਼ੀਰ ਪਲਹਦ ਜੋਸ਼ੀ ਨੇ ਕਿਹਾ ਜੇ ਜ਼ਾਬਤਾ ਆ ਗਿਆ ਮੁਤਾਬਕ ਇਸ ਤਰ੍ਹਾਂ ਦੀ ਤਹਿਰੀਕ ਵਰ 10 ਦਿਹਾੜਾਂ ਦੇ ਅੰਦਰ ਅਮਲ ਕੀ ਹੋ ਜਾਏ ਉਹਨਾਂ ਨੇ ਕਿਹਾ ਕਿ ਸਰਕਾਰ ਤਹਿਰੀਕ ਕੋ ਸਾਹਮਣੋਂ ਕਰਨ ਵਾਸਤੇ ਤਿਆਰ ਹੈ ਪਾਰਲੀਮੈਂਟ ਅਮੂਰ ਦਾ ਵਜ਼ੀਰ ਪਲਹਦ ਜੋਸ਼ੀ ਨੇ ਕਿਹਾ ਜੇ ਸਰਕਾਰ ਅਦਮ ਇਤਮਾਦ ਦੀ ਤਹਿਰੀਕ 'ਤੇ ਤੈਸ਼ੁਦਾ ਵਕਤ ਪਰ ਬਹਿਸ ਕਰਨ ਵਾਸਤੇ ਤਿਆਰ ਹੈ ਉਹਨਾਂ ਨੇ ਕਿਹਾ ਜੇ ਸਰਕਾਰ ਕੋਲ ਇਕਤਦਾਰ ਵਾਲੋ شمار ਮੌਜੂਦ ਹੈ ਪਾਰਲੀਮੈਂਟ ਦੇ ਬਾਹਰ ਅਖਬਾਰੀ ਨੁਮਾਇੰਦਿਆਂ ਨਾਲ ਗੱਲ ਕਰਤਾ ਵਾਂ ਉਹਨਾਂ ਨੇ ਪਾਰਲੀਮੈਂਟ ਦੀ ਕਾਰਵਾਈ ਮਾ ਖੋਦਲ ਪਾਉਣ ਵਾਸਤੇ ਹਿਸਬ-ਏ-ਇਖਤਲਾਫ ਦੀ ਨੁਕਤਾਚੀਨੀ ਕੀਤੀ ਤੇ ਕਿਹਾ ਜੇ ਅਗਰ ਹਿਸਬ-ਏ-ਇਖਤਿਲਾਫ ਕੋਲ ਇਕਤਦਾਰ ਹੈ ਤਾਂ ਵਾ सरकार की तरफों पेश किया गया बि ना हरा दे हरा सके आज लोकसभा में त्रै बिल पास किया गया कानकनी और मादनियात बारे तरमीमी बिल दो हज़ार निजी सैक्टर ना कानकनी बारे बोली लाने की इजाज़त दे इस तरह कौमी नर्सिंग ते दवाई कमीशन दाई कमीशन बिल दो हज़ार दाई का पेशा बारे तालीम ते ख़दमत का ਮਿਆਰ ਦੀ ਬਰਕਰਾਰੀ ਮੁਹੱਈਆ ਕਰਾਵੇ ਨਾਲੇ ਜਦੀਦ ਸਾਇੰਸੀ ਫਰੋਗ ਅਪਣਾਉਣ ਵਾਸਤੇ ਨਿਜ਼ਾਮ ਤਿਆਰ ਕਰੇ ਦੰਦਾਂ ਬਾਰੇ ਦੀ ਕੌਮੀ ਡੈਂਟਲ ਕਮਿਸ਼ਨ ਬਿੱਲ 2023 ਮੁਲਕ ਮਾ ਦੰਦਾਂ ਦਾ ਸਿਲਸਿਲਾ ਮਾ ਪੇਸ਼ਾ ਨਾ ਕਾਨੂੰਨ ਦਾ ਦਾਇਰਾ ਮਾ ਆਣ ਆਣੇ ਗੋ ਤਾਂ ਜੇ ਦੰਦਾਂ ਵਾਸਤੇ ਮਿਆਰੀ ਤੇ ਸਸਤੀ ਤਾਲੀਮ ਮੁਹੱਈਆ ਕਰਾਈ ਜਾ ਸਕੇ ਇਹ ਖਬਰ ਤਾਂ ਆਕਾਸ਼ਵਾਣੀ ਜੰਮੂ ਤੇ ਸੁਣ ਰਹੇ ਹਾਂ का बाकी हिस्सा सरवर चौधरी आज ज़िला रजौरी सब डिवीज़न नौशहराव कब्ज़ा लकीर के नाल लगता ग्रां चंगड़ हफाजती दस्तान की तरफों नशीली चीज़ा ना बरामद करने बारे एक कार्रवाई चलाई गई यह कार्रवाई जम्मू कश्मीर पुलिस ने भी एस एफ के फौजी जवाना नाल मिलकर सौर पर चलाई गई इस कार्रवाई के दौरान इलाका मां घेराबंदी करके नशीली दवाइय बारे तलाशी की गई जिस दौरान नशीली चीज़ों का पांच पैकेट जब्त किया गया जिनको वज़न अट्ठ किलो नौ सौ सठ ग्राम दस है इस सिलसिला में जम्मू कश्मीर पुलिस की तरफों मामलों दर्ज किया गया मजीद तहकीक़त अज जारी है वादी कश्मीर में अमरनाथ यात्रा असंतरीका संग जारी है इस साल अजें तोड़ी त्रै लख सत्तर हज़ार से मता यात्रियों ने बबा बर्फानी का दर्शन कर लिया है और इस तरह पिछला साल को रिकॉर्ड भी टूट गया है पिछला साल त्रै लख पैंठ हज़ार सौ ने बाबा बर्फानी का दर्शन किया था इं जम्मू भगवती नगर बुनियादी कैंप तें दो हज़ार एक सौ पचवंजा पर मुश्तम एक और जथो सवेरे सख्त हिफाजती इंतजाम बशकार वादी कश्मीर का दुआ बुनियाद कैंपा रवाना हुआ इस दौरान जिला रामबनगा कुंगरू रामसू इलाके में एक गड्डी हादसा को शिकार हो गई जिसमें 13 अमरनाथ यात्री जख्मी हो गया जिन्ना नजदीकी शफाखाना में منتقل कियो गयो जिला उधमपुर की तहसील रामनगर का ग्रां कटवालटमा एक मिट्टी का तोदा की चपेट में आन नाल एक कोठो टैगयो है جس کا نتیجا ماں ایک 65 برنگے بزرگ کال سری کشف دیوی دی موت واقع ہوگئی مقامی لوکاں اور پولیس نے اس کال سری نا ملبا تلے تے کڈ گئے ہسپتال پجائیو جت ڈاکٹروں نے اسناں فوت قرار دیتو ایسو منیو جاریو ہے جے علاقہ ماں پاری بارشاں دی وجہ نال یہ زمینی تودو پیو ہے وزیر اعظم نریندر مودی آتا ਹਤਵਾਰੇ ਆਕਾਸ਼ਵਾਨੀ ਵਰੋਂ ਆਪਣਾ ਮਹੀਨਾਵਾਰ ਰੇਡੀਓ ਪ੍ਰੋਗਰਾਮ ਮੰਨਗੀ ਬਾਤ ਦੇ ਜ਼ਰੀਏ ਮੁਲਖ ਔਰ ਬੈਰੂਨ ਮੁਲਖ ਮਾ ਰਹਿ ਰਿਆ ਭਾਰਤੀ ਸ਼ਹਿਰੀਆਂ ਸੰਗ ਆਪਣਾ ਖਿਆਲਤ ਸਾਂਝਾ ਕਰੇਗਾ ਯੋ ਪ੍ਰੋਗਰਾਮ ਆਕਾਸ਼ਵਾਨੀ ਤੇ ਦੂਰਦਰਸ਼ਨ ਦਾ ਤਾਮਾਮ ਨੈਟਵਰਕਾਂ ਵਰ ਨਸ਼ਰ ਕੀਯੋ ਜਾਏਗੋ ਮੰਨਗੀ ਬਾਤ ਕੋ ਯੋ ਪ੍ਰੋਗਰਾਮ ਆਕਾਸ਼ਵਾਨੀ ਡੀਡੀ ਨਿਊਜ਼ ਤੇ ਇਤਲਾਤ ਵਾ ਨਸ਼ਰੀਆਤ ਦਾ YouTube ਚੈਨਲਾਂ ਵਰ ਵੀ ਬਰਾਏ ਰਾਸਤ ਨਸ਼ਰ ਕੀਯੋ ਜਾਏਗੋ ਆਕਾਸ਼ਵਾਨੀ ਵਰੋਂ ਹਿੰਦੀ ਨਸ਼ਰੀਆਤ फौरन बाद प्रोग्राम इलाकई जमाना नशर कियोजे ग हो जम्मू कश्मीर में मौसम अज आसमान वर बदल छाया रहा नाले बारिश भी हुई है पूरा जमू खिताज बारिश हुई है महकमा मौसमियात की पेशनगोई के मुताबिक अगला चौबी घंटा आमतौर पर बदल छाया रहेगा नाले कई मकामा पर हल्की तो दरम्याना दर्जा की बारिश हो भी अमकान है इस तरह जमू खा कुछ मकामा पर देर रात या ਇਰ ਨਿੱਕੀ ਲੋ ਤੇ ਇਸ بارش ਵੀ ਹੋ ਸਕਿਆ ਕਾਬਲੇ ਜ਼ਿਕਰ ਹੈ ਜੇ ਜੰਮੂ ਸ਼ਿਰਨਗਰ ਕੌਮੀ ਸ਼ਹਿਰਾ ਅਜ ਦੋ ਤਰਫਾ ਗੜੀਆਂ ਦੀ ਆਉ ਜਾਈ ਵਸਤੇ ਖੁੱਲੀ ਹੈ ਤੇ ਅਖੀਰ ਮਾ ਖਾਸ ਖਬਰ ਇੱਕ بار ਫਿਰ وزیراعظم ਨਰਿੰਦਰ ਮੋਦੀ ਨੇ ਕਿਹਾ ਜੇ ਭਾਰਤ ਇੱਕ ਤਾਕਤਵਰਤਵਾ ਨਾ ਹੀ ਗੇ ਤੋਰ ਉਭਰਿਓ ਹੈ ਭਾਰਤ ਹੈ ਅਤਿਆਤ ਤਨੂਆ ਤਹਾਫਜ਼ ਬਹਾਲੀ ਔਰ ਬਿਹਤਰੀ ਕਾ ਸਿਲਸਿਲਾ ਮਾ ਅੱਗੇ ਅੱਗੇ ਚਲੇ ਮਨੀਪੁਰ ਤਸ਼ੱਦਦ ਮਸਲਾ ਪਰ ਪਾਰਲੀਮੈਂਟ ਮਾ ਡਾਂਡਰੋਲੋ ਜਾਰੀ ਰਿਓ ਤੇ ਹਿਸਬੇ ਇਖਲਾਫ ਗਾ ਇਸ احتجاج کی وجہ نال پارلیمنٹ کا دو اوانا کی کاروائی دن پر واسطے ملتوی کر دی گئی ہے۔ ضلع راجوری کی قبضہ لکیر کے نیڑے نشیلی چیز ضبط کی گئی ہے۔ تے جموں ڈویژن پر ماں بارش ہوئی اگلا 24 گھنٹاں کے دوران جموں ڈویژن ماں ہلکی تے درمیانہ درجے کی بارش تے گر چمک ہون کو امکان ہے۔ نالے کئی جگہ پاری بارش بھی ہو سکے ہے۔ इनारी गोजरी मां ख़बरां बुलेटिन ختم हुओ